ਬੜੀ ਇੱਕ ਸਨਸਨੀਖੇਜ਼ ਵਾਰਦਾਤ ਸੀਗੀ। ਇਹਦੇ 'ਚ ਸਮੀਰ ਕਟਾਰੀਆ ਨਾਮ ਦੇ ਇੱਕ 35 ਸਾਲ ਦੇ ਬਿਜ਼ਨਸਮੈਨ ਦਾ ਤੜਕਸਾਰ ਗੋਲੀਆਂ ਆਪਣੇ ਗੋਲੀਆਂ ਵੀ ਮਾਰੀਆਂ ਸੀ, ਚਾਕੂ ਵੀ ਮਾਰੇ ਸੀ ਅਤੇ ਉਹਦਾ ਪਾਸੀ ਰੋਡ ਦੇ ਏਰੀਏ 'ਚ ਕਤਲ ਕਰ ਦਿੱਤਾ ਗਿਆ ਸੀ। ਸਾਰੇ ਅਸੀਂ ਟੀਮਾਂ ਬਣਾ ਕੇ ਇਹਨਾਂ ਦੇ ਮਗਰ ਪੈ ਗਏ ਸੀ। 48 ਘੰਟਿਆਂ 'ਚ ਪਟਿਆਲਾ ਪੁਲਿਸ ਨੇ ਇਸ ਵਾਰਦਾਤ ਦੇ ਜਿਹੜੇ 4 ਦੋਸ਼ੀ ਸੀ ਉਹ ਆਈਡੈਂਟੀਫਾਈ ਕਰ ਲਏ। ਉਹਨਾਂ 'ਚੋਂ 2 ਦੋਸ਼ੀ ਅਰੈਸਟ ਵੀ ਕਰ ਲਏ, ਬਾਕੀ 2 ਵੀ ਅਸੀਂ ਟੀਮਾਂ ਨਿਕਲੀਆਂ ਹੋਈਆਂ ਅਰੈਸਟ ਕਰ ਲਾਂਗੇ। ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ। ਪੁਲਿਸ ਪਾਰਟੀ ਨੇ ਬੜੀ ਬਹਾਦਰੀ ਨਾਲ ਜਵਾਬੀ ਫਾਇਰ ਕਰਦੇ ਹੋਏ ਉਹਦੀ ਪੱਟ 'ਚ ਇੱਕ ਗੋਲੀ ਵੱਜੀ ਅਤੇ ਉਹਨੂੰ ਇਮੀਡੀਏਟਲੀ ਰਜਿੰਦਰਾ ਹੋਸਪਿਟਲ ਮੂਵ ਕਰਾਇਆ ਗਿਆ। ਇਹ ਮੈਂ ਦੱਸਣਾ ਚਾਹਾਂਗਾ, ਬੜੇ ਹਾਰਡਕੋਰ ਕ੍ਰਿਮੀਨਲ ਨੇ। ਇਹਨਾਂ ਨੇ ਜਿੱਦਣ ਪਟਿਆਲੇ 'ਚ ਵਾਰਦਾਤ ਕੀਤੀ ਉਸੇ ਰਾਤ ਇਹਨਾਂ ਨੇ ਲੁਧਿਆਣੇ ਤੋਂ ਵੀ ਇੱਕ I-20 ਗੱਡੀ ਖੋਹੀ ਸੀ। ਪਿਛਲੇ ਦਿਨੀ ਨੌਜਵਾਨ ਸਮੀਰ ਕਟਾਰੀਆ ਦੇ ਕਤਲ ਤੋਂ ਬਾਅਦ ਪਟਿਆਲਾ ਪੁਲਿਸ ਦੇ ਵੱਲੋਂ ਰਿਕਾਰਡ ਟਾਈਮ ਦੇ ਵਿੱਚ ਇਸ ਕਤਲ ਦੇ ਮਾਮਲੇ ਨੂੰ ਟਰੇਸ ਕਰ ਲਿਆ ਗਿਆ। ਸਾਡੇ ਨਾਲ ਪੂਰੀ ਟੀਮ ਮੌਜੂਦ ਹੈਗੀ ਅਤੇ ਪਟਿਆਲਾ ਪੁਲਿਸ ਦੇ ਮੁਖੀ SSP ਪਟਿਆਲਾ ਵਰੁਣ ਸ਼ਰਮਾ ਸਾਡੇ ਨਾਲ ਮੌਜੂਦ ਨੇ। ਸਰ, ਕੀ ਕੁਝ ਜਿਹੜਾ ਇਸ ਕੇਸ ਦੇ ਵਿੱਚ ਨਿਕਲ ਗਿਆ? ਦੇਖੋ ਕੁਲਵਿੰਦਰ ਜੀ, ਇਹ ਬੜੀ ਇੱਕ ਸਨਸਨੀਖੇਜ਼ ਵਾਰਦਾਤ ਸੀਗੀ। ਇਹਦੇ 'ਚ ਸਮੀਰ ਕਟਾਰੀਆ ਨਾਮ ਦੇ ਇੱਕ 35 ਸਾਲ ਦੇ ਬਿਜ਼ਨਸਮੈਨ ਦਾ ਤੜਕਸਾਰ ਗੋਲੀਆਂ ਆਪਣੇ ਗੋਲੀਆਂ ਵੀ ਮਾਰੀਆਂ ਸੀ, ਚਾਕੂ ਵੀ ਮਾਰੇ ਸੀ ਅਤੇ ਉਹਦਾ ਪਾਸੀ ਰੋਡ ਦੇ ਏਰੀਏ 'ਚ ਕਤਲ ਕਰ ਦਿੱਤਾ ਗਿਆ ਸੀ। ਰਿਕਾਰਡ ਟਾਈਮ 'ਚ ਇਸ ਵਾਰਦਾਤ ਨੂੰ SP ਸਿਟੀ, SPD ਇੰਚਾਰਜ, CIA, DSPD, SHO ਸਿਵਲ ਲਾਈਨ, ਸਾਰੇ ਅਸੀਂ ਟੀਮਾਂ ਬਣਾ ਕੇ ਇਹਨਾਂ ਦੇ ਮਗਰ ਪੈ ਗਏ ਸੀ। 48 ਘੰਟਿਆਂ 'ਚ ਪਟਿਆਲਾ ਪੁਲਿਸ ਨੇ ਇਸ ਵਾਰਦਾਤ ਦੇ ਜਿਹੜੇ 4 ਦੋਸ਼ੀ ਸੀ ਉਹ ਆਈਡੈਂਟੀਫਾਈ ਕਰ ਲਏ। ਉਹਨਾਂ 'ਚੋਂ 2 ਦੋਸ਼ੀ ਅਰੈਸਟ ਵੀ ਕਰ ਲਏ, ਬਾਕੀ 2 ਵੀ ਅਸੀਂ ਟੀਮਾਂ ਨਿਕਲੀਆਂ ਹੋਈਆਂ ਅਰੈਸਟ ਕਰ ਲਾਂਗੇ। ਉਹਨਾਂ 'ਚੋਂ ਜਿਹੜਾ ਇੱਕ ਦੋਸ਼ੀ ਸੀ ਅਭਿਸ਼ੇਕ ਨਾਮ ਦਾ, ਉਹਨੂੰ ਜਦੋਂ ਘੇਰਾ ਪਾਇਆ ਗਿਆ ਉਹਨੇ ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ। ਪੁਲਿਸ ਪਾਰਟੀ ਨੇ ਬੜੀ ਬਹਾਦਰੀ ਨਾਲ ਜਵਾਬੀ ਫਾਇਰ ਕਰਦੇ ਹੋਏ ਉਹਦੀ ਪੱਟ 'ਚ ਇੱਕ ਗੋਲੀ ਵੱਜੀ ਅਤੇ ਉਹਨੂੰ ਇਮੀਡੀਏਟਲੀ ਰਜਿੰਦਰਾ ਹੋਸਪਿਟਲ ਮੂਵ ਕਰਾਇਆ ਗਿਆ। ਇਹ ਮੈਂ ਦੱਸਣਾ ਚਾਹਾਂਗਾ, ਬੜੇ ਹਾਰਡਕੋਰ ਕ੍ਰਿਮੀਨਲ ਨੇ। ਇਹਨਾਂ ਨੇ ਜਿੱਦਣ ਪਟਿਆਲੇ 'ਚ ਵਾਰਦਾਤ ਕੀਤੀ ਉਸੇ ਰਾਤ ਇਹਨਾਂ ਨੇ ਲੁਧਿਆਣੇ ਤੋਂ ਵੀ ਇੱਕ I-20 ਗੱਡੀ ਖੋਹੀ ਸੀ ਅਤੇ ਉਹ ਵਾਰਦਾਤ ਵੀ ਟਰੇਸ ਹੋਈ ਆ ਅਤੇ ਅੱਗੇ ਵੀ ਅਸੀਂ ਇਹਨਾਂ ਨੂੰ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ। ਕਾਰਨ ਕੀ ਸੀਗਾ, ਕਿਉਂ ਇਹ ਗੱਡੀਆਂ ਵੇਚਣ ਦੀ ਨੀਅਤ ਨਾਲ ਸੀ ਜਾਂ ਕੋਈ ਹੋਰ? ਦੇਖੋ, ਜੇ ਇਹਨਾਂ ਨੇ ਗੱਡੀਆਂ ਖੋਹਣ ਨੂੰ ਆਪਣਾ ਪੇਸ਼ਾ ਬਣਾਇਆ ਹੋਇਆ ਸੀ ਅਤੇ ਕਿਤੇ ਨਾ ਕਿਤੇ ਅਸੀਂ ਇਨਵੈਸਟੀਗੇਟ ਜ਼ਰੂਰ ਕਰਾਂਗੇ ਕਿ ਜਿਹੜੀ ਗੱਡੀਆਂ ਖੋ ਕਰਦੇ ਸੀ ਉਹ ਕਿਹਨੂੰ ਵੇਚਦੇ ਸੀ ਅਤੇ ਅੱਗੇ ਉਹਨਾਂ ਦਾ ਕੀ ਕਰਦੇ ਸੀਗੇ। ਪੂਰੇ ਗੈਂਗ 'ਚ ਕਿੰਨੇ ਹੋਰ ਵੀ ਬੰਦੇ ਪਤਾ ਲੱਗਿਆ ਜੀ? ਦੇਖੋ ਜੀ, 4 ਤਾਂ ਜਿਹੜੇ ਮਰਡਰ ਦੇ ਦੋਸ਼ੀ ਸੀਗੇ ਉਹਨਾਂ 'ਚੋਂ 2 ਦੋਸ਼ੀ ਅਰੈਸਟ ਹੋ ਗਏ। 2 ਹੋਰ ਦੋਸ਼ੀ ਜਿਹੜੇ ਇਹਨਾਂ ਨੂੰ ਪਨਾਹ ਦਿੰਦੇ ਸੀ ਉਹ ਵੀ ਅਰੈਸਟ ਹੋਏ ਆ, ਉਹਨਾਂ ਤੋਂ ਵੀ ਇੱਕ ਵੈਪਨ ਰਿਕਵਰ ਹੋਇਆ ਹੈ। ਸੋ SSP ਪਟਿਆਲਾ ਸਾਡੇ ਨਾਲ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ 4 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਦੋਸ਼ੀ ਨੂੰ ਜਿਹੜਾ ਕਤਲ ਦੇ ਵਿੱਚ ਇਨਵੋਲਵ ਸੀਗਾ ਉਸਨੂੰ ਜਦੋਂ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਪਹੁੰਚੀ ਸੀ ਤਾਂ ਉਸਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ, ਜਿਸਦੇ ਜਵਾਬੀ ਕਾਰਵਾਈ ਦੇ ਵਿੱਚ ਉਸਨੂੰ ਇੰਜਰਡ ਕਰਕੇ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸੋ ਸਮੀਰ ਕਟਾਰੀਆ ਜੋ ਕਿ ਪਿਛਲੇ ਦਿਨੀ ਜਿਸਦਾ ਕਤਲ ਹੋਇਆ ਸੀਗਾ ਉਸਨੂੰ ਦੇ ਦੋਸ਼ੀਆਂ ਨੂੰ, 4 ਦੋਸ਼ੀਆਂ ਨੂੰ ਪੁਲਿਸ ਪਾਰਟੀ ਦੇ ਵੱਲੋਂ ਜਿਹੜਾ ਟਰੇਸ ਕਰ ਲਿਆ ਗਿਆ ਹੈਗਾ ਅਤੇ ਜਲਦ ਹੀ ਜਿਹੜੇ 2 ਬਾਕੀ ਦੇ ਜਿਹੜੇ ਦੋਸ਼ੀ ਨੇਗੇ ਜੋ ਕਤਲ ਦੇ ਵਿੱਚ ਇਨਵੋਲਵ ਸੀ ਉਹਨਾਂ ਨੂੰ ਵੀ ਜਲਦ ਤੋਂ ਜਲਦ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਟਿਆਲਾ ਤੋਂ ਕੁਲਵਿੰਦਰ ਮਹਿਲ, ਪ੍ਰੋ ਪੰਜਾਬ TV।